ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਦੋਸਤੋ ਸੱਲੋ ਕੀ ਪੰਜਾਬੀ ਨਜ਼ਾਰੇ YouTube ਚੈਨਲ ਤੋਂ ਅਸੀਂ ਗੱਲ ਕਰ ਰਹੇ ਆ ਤੇ ਜਨਾਬ ਇਹ ਸਾਡੇ ਵੀਰ ਨੇ ਇਹ ਆਏ ਨੇ ਪਹਿਲਾਂ ਇਹਨਾਂ ਸਾਨੂੰ ਆਖਿਆ ਕਿ ਅਸੀਂ ਆਏ ਆ ਅਲੀਪੁਰ ਤੋਂ ਠੀਕ ਹੈ ਇਹਨਾਂ ਦੇ ਕੋਲ ਦਾਰਾ ਹਿਦਮਤ ਹਲਕ ਲਾਹੌਰ ਦਾ ਉਹਨਾਂ ਦਾ ਪੈੜ ਛੜ ਸਾਰਾ ਕੁਝ ਇਹ ਮੇਰੀ ਜੇ ਵੀ ਚੱਕਦੇ ਨਾ ਪੈੜ ਇਧਰ ਸਾਹਮਣੇ ਘਰ ਇਹ ਪੈੜ ਨੇ ادارہ خدمت حلقਾਂ ਲਿਆਂਦੇ ਇਹਨਾਂ ਦੇ ਉੱਤੇ ਨੰਬਰ ਲਿਖੇ ਆ ਮੈਂ ਫੋਨ ਕੀਤਾ ਨੰਬਰ ਤੇ ਉਹਨਾਂ ਆਖਿਆ ਜੀ ਇਹ ਬੰਦੇ ਨਾਲ ਬਿਲਕੁਲ ਸਾਡਾ ਕੋਈ ਤਲਕ ਨਹੀਂ ਹੈ ਠੀਕ ਹੈ ਇਹ ਵੇ ਲੋ ਇਹ ਪੜ ਇਹ ਫੋਨ ਕੀਤਾ ਇਹਨਾਂ ਦੇ ਕੋਈ ਓਨਰ ਨੇ ਵਿਕਾਰ ਸਾਹਿਬ ਨੇ ਕੀ ਨਾ ਉਹਨਾਂ ਦੱਸਿਆ ਉਹਨਾਂ ਕੋਲ ਪੁੱਛਿਆ ਉਹਨਾਂ ਆਖਿਆ ਸੀ ਇਹਨਾਂ ਦਾ ਕੋਈ ਸਾਨੂੰ ਪਤਾ ਹੀ ਨਹੀਂ ਆਇਆ ਇਹਨਾਂ ਦਾ ਠੀਕ ਹੈ ਤੇ ਇਹ ਜਨਾਬ ਵੇ ਲੋ ਆਏ ਨੇ ਬਿਲਕੁਲ ਇਹ ਪਛਾਣ ਕਰ ਲਿਆ ਜੇ ਇਹ ਬੰਦੇ ਹਰਾਂ ਦੀ ਇਹਨਾਂ ਦਾ ਕੋਈ ਕਮੇਟੀ ਨਾਲ ਤਲਕ ਨਹੀਂ ਹੈ ਤੇ ਮਿਹਰਬਾਨੀ ਕਰਿਆ ਕਰੋ ਜਰਾ ਬੰਦਾ ਵੇਖ ਕੇ ਤੇ ਹਿਦਮਤ ਕਰਿਆ ਕਰੋ ਇੰਜੇ ਤੁਸੀਂ ਹਿਦਮਤ ਕਰਦੇ ਹੋ ਕਿੱਦੇ ਲਾਂਦੇ ਨੇ ਕਿ ਸਾਈਡ ਤੇ ਖੜਦੇ ਨੇ ਓ ਕਿਸੇ ਬੰਦੇ ਨੂੰ ਕੋਈ ਪਤਾ ਨਹੀਂ ਹੈ ਠੀਕ ਹੈ ਅਗਰ ਇਹ ਸਾਨੂੰ ਆਪਣਾ ਕਾਡ ਵਹਾਂਦੇ ਨੇ ਤੇ ਅਸਾਂ ਇੱਥੋਂ ਜਾਣ ਦੇਣਾ ਨਹੀਂ ਤੇ ਅਸੀਂ ਨਹੀਂ ਜਾਣ ਦੇਣਾ ਅਗਲੇ ਦਿਨ ਵੀ ਤੁਹਾਨੂੰ ਅਸੀਂ ਨੈਟ ਤੇ ਚੜ੍ਹ ਕੇ ਵੀਡੀਓ ਵਹਾਈ ਸੀ ਇੱਕ ਬੰਦਾ ਫੜਿਆ ਸੀ ਜਿਨੇ ਆਪਣੇ ਅੱਬੇ ਨੂੰ ਕੈਂਸਰ ਬਣਾਇਆ ਸੀ ਉਹ ਅਸਾਂ ਸਾਰੀ ਪੂੰਛਾਂਣ ਕੀਤੀ ਕੋਈ ਉਹਦੇ ਅੱਬੇ ਨੂੰ ਕੈਂਸਰ ਨਹੀਂ ਸੀ ਮੰਡੀਏ ਕੰਮ ਕਰਦਾ ਸੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਐ ਵੀ ਭਾਈ ਯਾਰੀ ਇਸੇ ਤਰੀਕੇ ਨਾਲ ਹੀ ਆਏ ਨੇ ਕੋਈ ਇਹਨਾਂ ਦਾ ਸਿਸਟਮ ਨਹੀਂ ਹੈ ਧਾਰੇ ਨਾਲ ਤੇ ਇਹ ਆਂਦੇ ਸਫਾਈ ਦੇ ਰਹੇ ਨੇ ਕਿ ਮੇਰਾ ਧਾਰੇ ਨਾਲ ਤਲਕ ਹੈ ਧਾਰੇ ਨਾਲ ਇਹਨਾਂ ਦਾ ਕੋਈ ਤਲਕ ਨਹੀਂ ਹੈ ਠੀਕ ਹੈ ਅਗਰ ਇਹ ਸਾਨੂੰ ਸਬੂਤ ਦੇਣਦੇ ਤੇ ਇਥੋਂ ਜਾਣ ਦੇ ਨਹੀਂ ਤੇ ਇਹਨਾਂ ਨੂੰ ਅਸਾਂ ਕੋਈ ਜਾਣ ਦੇਣਾ ਇਹ ਜਨਾਬਾ ਵੇ ਲੋ ਸਵੇਰੇ ਸਵੇਰੇ ਆ ਦਾਣਿਆਂ ਦੇ ਤਰੋੜੇ ਭਰੇ ਪਏ ਨੇ ਤੇ ਪਤਾ ਕੋਈ ਨਹੀਂ ਹੈ ਉੱਥੇ ਉਹਨਾਂ ਖੜਨੇ ਕੋਈ ਨਹੀਂ ਠੀਕ ਹੈ ਜਨਾਬ ਅਸੀਂ ਇਹਨਾਂ ਕੋਲ ਪੁੱਛਨੇ ਆ ਬਕਾਇਦਾ ਭਾਈ ਦੱਸੋ ਕਿਹੜੀ ਜਗ੍ਹਾ ਤੋਂ ਆਇਓ ਸਹੀ ਦੱਸੋ ਆਪਣਾ ਭਾਈ ਗੁਜਰਾਂ ਲੈ ਆਇਆ ਤੁਹਾਨੂੰ ਦੱਸਿਆ ਗੁਜਰਾਂ ਵਾਲੇ ਤੁਹਾਡਾ ਦਾਰੇ ਨਾਲ ਕੋਈ ਨੀ ਤਲਕ ਹੈ ਠੀਕ ਹੈ ਨਾ ਕੱਲ ਨਹੀਂ ਕੱਲ ਤਲਕ ਹੈ ਉਹ ਮੰਨ ਗਏ ਨੇ ਭਾਈ ਕਿ ਨਹੀਂ ਤਲਕ ਹੈ ਨਹੀਂ ਉਹਨਾਂ ਕੋਈ ਕਾਟ ਨਾ ਰਹਿ ਗਿਆ ਵੇ ਸਾਲੀ ਡਟ ਰਹਿ ਗਿਆ ਕੋਈ ਨਹੀਂ ਆਂਦੇ ਤਲਕ ਹੈ ਭਾਈ ਤੇ ਕਾਈ ਤੋ ਇੱਕ ਕੰਮ ਕਰ ਰਹੇ ਹੋ ਠੀਕ ਹੈ ਭਾਈ ਇੱਕ ਗਲਤੀ ਹੋ ਗਈ ਤੁਹਾਨੂੰ ਕਿਹਾ ਵੇ ਠੀਕ ਹੈ ਉਹਨਾਂ ਨੇ ਵੀ ਮਾਫੀ ਮੰਗ ਫੋਨ ਤੇ ਵੀ ਆਖਿਆ ਤੁਹਾਨੂੰ ਵੀ ਆਣਾ ਪਿਆ ਨਹੀਂ ਇਹ ਕੰਮ ਕਾਈ ਤੋ ਕਰ ਰਹੇ ਹੋ ਤੁਹਾਡਾ ਜੂ ਉਹਨਾਂ ਦਾਰੇ ਨਾਲ ਤਲਕ ਨਹੀਂ ਹੈ ਉਹਨਾਂ ਦੇ ਪੈੜ ਕਿੱਥੋਂ ਛ ਉਹ ਕੰਜ ਦੇਂਦੇ ਨੇ ਉਹ ਆਂਦੇ ਨੇ ਸਾਡਾ ਤਲਕ ਹੀ ਨਹੀਂ ਆਇਆ ਲੇਕਿਨ ਹੁਣ ਇਹਨਾਂ ਦੀ ਕੋਈ ਕਾਪੀ ਲੈ ਕੇ ਤੁਸੀਂ ਇਹਨਾਂ ਦੇ ਪੈੜ ਨਕਲੀ ਚ ਪੁਆਇਆ ਨਹੀਂ ਨਹੀਂ ਹੂੰ ਇਹ ਉਹਨਾਂ ਨੇ ਦਿੱਤੇ ਨੇ ਭਾਈ ਉਹਨਾਂ ਦਿੱਤੇ ਨੇ ਤੇ ਫਿਰ ਉਹ ਆਪਣੇ ਲਾ ਤਲਕੀ ਦਾ ਇਜ਼ਹਾਰ ਕਾਹਨੂੰ ਤੋਂ ਕਰ ਰਹੇ ਨੇ ਦੱਸੋ ਫਸੋ ਜਿਹੜਾ ਕਾਰਡ ਰਹਿ ਗਿਆ ਹੋਵੇ ਉਸ ਵਈਆ ਤੋਂ ਕਹਿ ਰਹੇ ਨੇ ਭਾਈ ਕਾਰਡ ਤੁਸੀਂ ਆਪਣਾ WhatsApp ਦੇ ਉੱਤੇ ਆਪਣਾ ਕਾਰਡ ਮੰਗਵਾਓ ਤੇ ਤੁਹਾਨੂੰ ਛਾੜ ਭਾਈ ਸਾਡੇ ਕੋਲ ਨਹੀਂ ਮੋਬਾਈਲ ਹੈ ਅਸੀਂ ਗਰੀਬ ਆਂ ਸਾਡੇ ਕੋਲ ਨਹੀਂ ਮੋਬਾਈਲ ਕਾਰਡ ਹੀ ਕੋਈ ਤੁਹਾਡੇ ਕੋਲ ਨਹੀਂ ਨਹੀਂ ਸਾਡੇ ਕੋਲ ਮੋਬਾਈਲ ਕੋਈ ਨਹੀਂ ਜਿੱਥੇ ਮੈਂ WhatsApp ਤੋਂ ਮੰਗਵਾਵਾਂ ਨਾ ਭਾਈ ਦੋਸਤ ਕੋਈ ਦੋਸਤ ਕੋਈ ਵੀ ਸਨਨ ਨਹੀਂ ਭਾਈ ਸੰਦਾ ਤੱਲਕ ਹੈ ਤੱਲਕ ਨਹੀਂ ਹੈ ਕਿਸੇ ਨਾਲ ਇਹ ਧਾਰੇ ਨਾਲ ਵੀ ਤੁਹਾਡਾ ਕੋਈ ਤੱਲਕ ਨਹੀਂ ਹੈ ਧਾਰੇ ਨਾਲ ਹੈ ਬਿਲਕੁਲ ਮੈਂ ਮੰਨਦਾ ਤੇ ਫਿਰ ਸਾਬੂਤ ਕਰਾਓ ਭਾਈ ਸਬੂਤ ਕਰਾਓ ਭਈ ਇਹ ਸਬੂਤ ਜੜਾ ਹੈ ਸਬੂਤ ਨਹੀਂ ਹੈ ਕਿ ਬੁੱਕ ਤੇ ਕੋਈ ਵੀ ਮੈਂ ਵੀ ਜਾ ਕੇ ਬਣਵਾ ਸਕਣਾ ਹੈ ਬੁੱਕ ਭਾਈ ਉਹ ਤੇਰੀ ਗੱਲ ਠੀਕ ਹੈ ਹਰ ਚੀਜ਼ ਬਣੇ ਹੀ ਬਣਨੀ ਹੈ ਮੇਰਾ ਭਰਾ ਜੀ ਹਰ ਚੀਜ਼ ਬੁੱਕ ਮੈਂ ਵੀ ਜਾ ਕੇ ਬਣਵਾ ਸਕਣਾ ਜਿਹੜੀ ਵੀ ਚੀਜ਼ ਬਣਾਓਗੇ ਖੁਦਾ ਨੇ ਜਿਹੜੀ ਵੀ ਚੀਜ਼ ਬਣਾਨੀ ਹੈ ਆਜ਼ਾਹੀ ਬਾਤ ਹੈ ਅੱਲਾ ਪਾਕ ਦੇ ਦਿੱਤੇ ਹਰ ਕੋਈ ਹਰ ਚੀਜ਼ ਬਣੀ ਹੈ ਇੰਜ ਕਾਈ ਤੋਂ ਕਰ ਰਹੇ ਹੋ ਦੱਸੋ ਹਾਂ ਦੱਸੋ ਇੰਜ ਕਾਈ ਤੋਂ ਕਰ ਰਹੇ ਹੋ ਸਾਂ ਦੱਸਿਆ ਤੇ ਆ ਭਾਈ ਇਹਨਾਂ ਵਾਸਤੇ ਕਰਦਿਆਂ ਸੀ। ਸ਼ਾਹ ਜੀ ਕੀ ਹਾਲ ਹੈ? ਸ਼ਾਹ ਜੀ ਇਹ ਲੋਰੋ ਆਏ ਨੇ ਦਾਰਾ ਹਿਦਮਤ ਹਾਲਾ ਕਿ ਚੋਤੇ ਇਹਨਾਂ ਨਾਂ ਲਿਆ ਉਹਨਾਂ ਦਾ ਉਹਨਾਂ ਨੂੰ ਫੋਨ ਕੀਤਾ ਉਹਨਾਂ ਆਖਿਆ ਕੋਈ ਤਲਕ ਨਹੀਂ ਸਾਡਾ ਇਹਨਾਂ ਦਾ। ਅੱਛਾ ਤੇ ਆ ਵੇਖੋ ਇਹਨਾਂ ਤਰੋੜੇ ਦਾਣਿਆਂ ਦੇ ਭਰੇ ਨੇ ਤੇ ਆਪਣਾ ਕਾਰਡ ਵੀ ਨਹੀਂ ਬਖਾ ਰਹੇ। ਇਹਨਾਂ ਨੂੰ ਦੱਸੋ ਇਹਨਾਂ ਦਾ ਕੀ ਕਰਨਾ ਚਾਹੀਦਾ ਹੈ? ਇਹਨਾਂ ਨਾਲ ਆਈ ਕੁਝ ਕਰਨਾ ਚਾਹੀਦਾ ਇਹਨਾਂ ਨੂੰ। ਅਗਲੇ ਦਿਨ ਵੀ ਬੰਦਾ ਅਗਲੇ ਦਿਨ ਵੀ ਅਕ ਤੁਸੀਂ ਫੜਿਆ ਮੈਂ ਵੀਡੀਓ ਉਹਦੀ ਵੇਖੀ। ਮੈਂ ਵੀ ਉਹੀ ਹਿਸਾਬ ਬਤਾਵਾਂ। ਇੰਨਾ ਕੁਛ ਕਰੋ ਜਾਂ ਥਾਣੇ ਨੂੰ ਫੜਾਈਏ ਫੋਨ ਕਰਕੇ ਹਾਂ ਤੇ ਜਨਾਬ ਇਹਨਾਂ ਨੂੰ ਆਖਿਆ ਜੀ ਕਾਰਡ ਵਹਾਨਾ ਜੇ ਤਾਂ ਜਾਣਾ ਨਹੀਂ ਤੇ ਉਂਝ ਨਹੀਂ ਜਾਣਾ ਆਹੋ ਕਾਰਡ ਕਾਰਡ ਵਹਾਨ ਦੇ ਤਾਂ ਜਾਣ ਦੇ ਭਾਈ ਜੀ ਕਾਰਡ ਤੁਹਾਨੂੰ ਵਹਾਨਾ ਪੈਣਾ ਭਾਈ ਅੱਲਾਹ ਦੀ ਕਸਮ ਨਹੀਂ ਹੈ ਪ੍ਰਵਾਦ ਤੇ ਤੇਰੇ ਕੋਲ ਸਾਰਾ ਕੁਝ ਮੌਜੂਦ ਹੈ ਜਿਵੇਂ ਦੀ ਮਰਜ਼ੀ ਤਲਾਸ਼ੀ ਲਿਲਾ ਹੋ ਮੇਰੇ ਕੋਲ ਹੁੰਦਾ ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਜਨਾਬ ਅਸੀਂ YouTube ਚੈਨਲ ਪੰਜਾਬੀ ਨਜ਼ਾਰੇ ਸੱਲੋ ਕੀ ਤੋਂ ਬਾਤ ਕਰ ਰਹੇ ਹਾਂ ਤੇ ਜਨਾਬ ਜਿਵੇਂ ਕਿ ਅੱਗੇ ਵੀ ਤੁਹਾਨੂੰ ਵਹਾਇਆ ਕੋਈ ਦਿਨ ਪਹਿਲਾਂ ਤਕਰੀਬਨ 10 ਜਾਂ 12 ਦਿਨ ਹੋਏ ਨੇ ਪਹਿਲਾਂ ਇੱਕ ਬੱਚਾ ਸੀ ਜਿਹੜਾ ਅਸਾਂ ਉਹਨਾਂ ਨੂੰ ਫੜਿਆ ਸੀ ਤੇ ਉਹ ਕਾਰਡ ਉਹਨਾਂ ਵਾਵਾ ਛਾਪੇ ਸਾਨੂੰ ਬਿਲਕੁਲ ਸਾਰੀ ਕਹਾਣੀ ਫੇਕ ਸੀ ਉਹਨੇ ਪਿਓ ਆਪਣੇ ਨੂੰ ਕੈਂਸਰ ਬਣਾਇਆ ਸੀ ਉਹ ਬਿਲਕੁਲ ਠੀਕ ਠਾਕ ਸਨ ਕੋਈ ਮਸਲਾ ਨਹੀਂ ਸੀ ਉਹਨਾਂ ਨੂੰ ਅੱਜ ਵੀ ਐਸੇ ਸਿਸਟਮ ਹੈ ਜਿਹੀ ਅੱਜ ਬੈਠੇ ਆ ਸਵੇਰ ਸਵੇਰ ਤੇ ਆ ਭਾਈ ਇਹ ਰਹੀ ਆ ਗਏ ਨੇ ਇਹਨਾਂ ਦਾ ਨਾਮ ਹੈ ਮੁਹੰਮਦ ইমরান ਤੇ ਇਹਨਾਂ ਦੇ ਅੱਪੂ ਦਾ ਨਾਮ ਹੈ ਵਾਰਿਸ ali ਠੀਕ ਹੈ ਇਹ ਜਨਾਬ ਗੁਜਰਾ ਵਾਲੇ ਤੋਂ ਨੇ ਮੌਜੂਦਾ ਪਤਾ ਇਹਨਾਂ ਦਾ ਸਟਰੀਟ ਨੰਬਰ 6 ਮਹੱਲਾ ਨਿਊ ਗੁਲਸ਼ਨ ਕਲੋਨੀ ਗੁਜਰਾ ਵਾਲਾ ਠੀਕ ਹੈ ਜਨਾਬ ਇਹਨਾਂ ਦੇ ਆ ਕਾਰਡ ਦੀ ਵੀ ਡੇਟ ਮੁੱਕੀ ਹੈ ਤੇ ਇਹ ਸਾਡੇ ਕੋਲ ਸਵੇਰ ਸਵੇਰ ਆਏ ਨੇ ਇਸ ਮਾਮਲੇ ਵਿੱਚ ਕਿ ਇਹ ਅਦਾਰਾ ਹੈ ਇਹ ਅਦਾਰਾ ਸਤਾਈ ਆ ਰਿਹਾ ਨਜ਼ਰ ਇਹ ਅਦਾਰਾ ਜਨਾਬ ਅਦਾਰਾ ਖਿਦਮਤ ਆਮਾ ਇਨਾਂ ਦੇ ਕੋਲ ਆ ਕੋਈ ਚੈੱਕ ਬੁੱਕ ਜੀ ਇਹਨਾਂ ਬਣਾਈਏ ਲੈ ਰਹੇ ਹਨ ਸਵੇਰੇ ਸਵੇਰੇ ਜੀ ਯਤੀਮਾ ਗਰੀਬਾਂ ਵਾਸਤੇ ਮਸਕੀਨਾਂ ਵਾਸਤੇ ਫੰਡ ਦਿਓ ਤੇ ਮੈਂ ਨਿਕਲਿਆ ਸੁਪਾ ਵੇਖਿਆ ਮੈਂ ਤੇ ਆਉਤੇ ਨੰਬਰ ਲਿਖੇ ਆ ਇਹਨਾਂ ਦਾ ਜਿਹੜਾ ਇਹਨਾਂ ਦਾ ਹੈਡ ਏ ਉਥੇ ਉਹਨਾਂ ਦਾ ਮੈਂ ਨੰਬਰ ਮਲਾਇਆ ਉਹਨਾਂ ਨੂੰ ਪੁੱਛਿਆ ਕਿ ਅੰਜਾਈਂ ਦਾ ਸਾਡਾ ਜ਼ਿਲ੍ਹਾ ਗੁਜਰਾਂ ਵਾਲਾ ਤਹਿਸੀਲ ਜ਼ੀਰਾਬਾਦ ਤੇ ਥਾਣਾ ਅਲੀਪੁਰ ਚੱਠਾ ਇਹਨਾਂ ਆਖਿਆ ਸਾਨੂੰ ਪਹਿਲਾਂ ਤੇ ਸਾਨੂੰ ਇਹ ਹੀ ਆਖਿਆ ਨੇ ਕਿ ਅਸੀਂ ਅਲੀਪੁਰ ਤੋਂ ਆਏ ਹਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਅਲੀਪੁਰ ਤੁਹਾਡਾ ਕੋਈ ਬੰਦਾ ਜਿਹੜਾ ਐਸ ਨਾਂ ਦਾ ਆਇਆ ਇਕੱਠੀ ਕਰ ਰਿਹਾ ਹੈ ਗਰਾਈ ਉਹਨਾਂ ਆਖਿਆ ਜੀ ਬਿਲਕੁਲ ਚੈੱਕ ਕਰਕੇ ਦੱਸਨੇ ਆ ਉਹਨਾਂ ਚੈੱਕ ਕੀਤਾ ਦੋ ਮਿੰਟਾਂ ਐ ਚੋਨਾਂ ਆਖਿਆ ਦੋ ਮਿੰਟ ਦਿਓ ਸਾਨੂੰ ਉਹਨਾਂ ਦੋ ਮਿੰਟ ਲਏ ਨੇ ਚੈੱਕ ਕੀਤਾ ਉਹਨਾਂ ਆਖਿਆ ਜੀ ਬਿਲਕੁਲ ਐਸ ਬੰਦੇ ਨਾਲ ਸਾਡਾ ਕੋਈ ਤਲਕ ਨਹੀਂ ਹੈ ਇਹਦੇ ਕੋਲ ਸਾਡੀ ਆ ਬੁੱਕ ਵੀ ਲੈ ਲਵੋ ਤੇ ਇਹਨੂੰ ਫੜ ਲਵੋ ਬਿਲਕੁਲ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈ ਠੀਕ ਹੈ ਇਹ ਭਾਈ ਉਹਨਾਂ ਦੀ ਗੱਲ ਵੀ ਕਰਾਈ ਹੈ ਤੇ ਉਹਨਾਂ ਆਖਿਆ ਜੀ ਸਾਡਾ ਕੋਈ ਤਲਕ ਨਹੀਂ ਹੈ ਇੰਜ ਹੀ ਆਖਿਆ ਜੀ ਉਹਨਾਂ ਬਿਲਕੁਲ ਇੰਜ ਹੀ ਆਖਿਆ ਤੇ ਭਾਜੀ ਤੁਸੀਂ ਇਹ ਗੱਲ ਦੱਸੋ ਕਿ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕੰਮ ਕਰਦਿਆਂ ਬਚਪਨ ਤੋਂ ਕਰਦੇ ਆਂ ਭਾਈ ਭਾਜੀ ਬਚਪਨ ਤੋਂ ਇਹ ਕੰਮ ਕਰ ਰਹੇ ਨੇ ਠੀਕ ਹੈ ਜਿਹਦੇ ਵਿੱਚ ਸੱਚਾਈ ਕੋਈ ਨਹੀਂ ਹੈ ਬਿਲਕੁਲ ਇੰਜ ਹੀ ਠੀਕ ਹੈ ਤੇ ਅਸੀਂ ਬਿਲਕੁਲ ਸਾਡੀ ਅੱਗੇ ਆਦਤ ਹੈ ਕਿ ਅਸੀਂ ਜ਼ਿਆਤੀ ਨਹੀਂ ਕਰਦੇ ਕਿਸੇ ਨਾਲ ਨਾ ਸਾਨੂੰ ਕਰਨ ਦੀ ਜ਼ਰੂਰਤ ਹੈ ਅਸੀਂ ਇਹਨਾਂ ਨੂੰ ਇਹ ਹੀ ਆਖਾਂਗੇ ਕਿ ਆਪਣੇ ਸਿੱਧੇ ਰਾਹ ਤੇ ਟੁਰੋ ਬਿਲਕੁਲ ਠੀਕ ਹੋ ਇੱਕ ਬੇਟੀ ਇਹਨਾਂ ਦੀ ਤੇ ਉਹਨੂੰ ਉਂਝ ਵੀ ਕਮਾਖ ਖਵਾ ਸਕਦੇ ਨੇ ਇਹ ਬਿਲਕੁਲ ਅਗਰ ਝੂਠ ਮਾਰ ਕੇ ਗਰੀਬਾਂ ਯਤੀਮਾਂ ਦਾ ਦੇਂਦੇ ਨੇ ਤੇ ਉਹ ਹਰਾਮੇ ਨਾਸਤੇ ਅਗਰ ਇਹ ਸਮਝ ਜਾਂਦੇ ਆ ਤੇ ਉਹਨਾਂ ਦਾ ਵੀ ਅੱਗ ਮਾਰ ਰਹੇ ਨੇ ਵੇਖੋ ਦਾਰੇ ਨੂੰ ਪਤਾ ਨਹੀਂ ਆ ਉਹਨਾਂ ਦੀ ਬੁੱਕ ਲੈ ਕੇ ਤੇ ਇਹ ਮੰਗ ਰਹੇ ਨੇ ਤੇ ਬਾਜੀ ਇਹ ਤੁਸੀਂ ਕਿੱਥੋਂ ਆਜੇ ਸੱਲੋ ਕੀ ਆਇਓ ਸਿੱਧੇ ਕਿ ਪਹਿਲਾਂ ਵੀ ਕਿਥੋਂ ਮੰਗ ਕੇ ਸੱਲੇ ਕੋਈ ਆਏ ਆ ਭਾਈ ਆ ਬੜੀ ਧੀਰ ਤੋਰੇ ਨੇ ਜਾਣਦੇ ਨੇ ਪੂਰੇ ਪਿੰਡ ਸੱਲੋ ਕੀ ਨੂੰ ਬਾਹਰ ਲਸਾਂ ਅੱਜ ਇਹਨਾਂ ਨੂੰ ਫੜਿਆ ਹਾਂ ਪੋਣਛਾਨ ਕੀਤੀ ਐ ਤੇ ਉਹ ਬਿਲਕੁਲ ਕੰਮ ਸਾਰਾ ਜਿਹੜਾ ਨਾ ਉਹ ਫੇਕਿਆ ਬੋਕਸ ਹੀ ਇਹਨਾਂ ਨਹੀਂ ਦੇਾਂਗੇ ਹੁਣ ਤੇ ਬਾਕੀ ਅਸੀਂ ਇਹਨਾਂ ਨਾਲ ਥੋੜੀ ਜੀ ਗੱਲ ਕਰਨੇ ਆ ਭਾਜੀ ਇਹ ਕੰਮ ਜਿਹੜਾ ਤੁਸੀਂ ਛੱਡ ਦਿਓ ਐ ਨਹੀਂ ਤੁਹਾਡੇ ਹਾਸ ਸਹੀ ਐ ਠੀਕ ਐ ਭਾਈ ਭਾਜੀ ਕੋਸ਼ਿਸ਼ ਕਰੋ ਇੱਕ ਬੇਟੀ ਐ ਤੁਹਾਡੀ ਜੀ ਇੱਕ ਬੇਟੀ ਐ ਕਿੰਨੇ ਭਾਂ ਪਾਈਓ ਤੁਸੀਂ ਅਈ ਪੰਜ ਪੈਨ ਪਾਈ ਕੀ ਕਰਦੇ ਹੋ ਇੱਕ ਸਰੀਆਂ ਦਾ ਕੰਮ ਕਰਦਾ ਹੈ ਦੂਸਰਾ ਖੱਡੀਆਂ ਦਾ ਕਰਦੇ ਨੇ ਅਧਰੀਆਂ ਖੇਸ ਜਿਹੜੇ ਬੰਦੇ ਨੇ ਫੈਸਲਾ ਬਣਾ ਤੁਸੀਂ ਇਹ ਹੀ ਕੰਮ ਕਰਦੇ ਹੋਰ ਕੋਈ ਕੰਮ ਨਹੀਂ ਕਰਦੇ ਮੈਂ ਵੀ ਭਾਈ ਇਹ ਹੀ ਕਰਨਾ ਬਾਜੀ ਉਹ ਜਿਹੜੀ ਗੱਲ ਮੰਗਣ ਦੀ ਆਦਤ ਪੈ ਜਾਏ ਤੇ ਬੰਦਾ ਕੰਮ ਕੋ ਨਹੀਂ ਕਰ ਸਕਦਾ ਤੇ ਅਸੀਂ ਇਹਨਾਂ ਨੂੰ ਇਹ ਹੀ ਅੱਖਾਂ ਤੇ ਕਿ ਅੱਗੋਂ ਇਹ ਕੰਮ ਨਾ ਕਰੋ ਤੇ ਤੁਸੀਂ ਵੀ ਜਿਹੜੀ ਸਾਡੀ ਆਵਾਮ ਹੈ ਕੰਮ ਸੋ ਕੰਮ ਯਾਰ ਦੇਣ ਲਗਿਆਂ ਕੋਈ ਫਰਕ ਨਹੀਂ ਪੈਂਦਾ ਇਹ ਨਾ ਆਖੋ ਕਿ ਰੱਬ ਦੀ ਰਾਹ ਤੇ ਮੰਗ ਰਿਆ ਰੱਬ ਦੀ ਰਾਹ ਤੇ ਦੇਣੇ ਨੇ ਵੇਖੋ ਤੇ ਸਹੀ ਵਾਕਈ ਰੱਬ ਦੀ ਰਾਹ ਤੇ ਦੇ ਰਹੇ ਹਾਂ ਸੀ ਉਹ ਉਹ ਦੂਸਰਾ ਮੁੰਡਾ ਜਿਹੜਾ ਸੀ ਉਹ ਕਮ ਸਕੱਮ ਦਿਹਾੜੀ ਦਾ 3000 4000 ਰੁਪਇਆ ਮੰਗ ਰਿਹਾ ਸੀ ਤੇ ਉਹ ਲਾ ਨਸ਼ੇ ਪੱਤੇ ਤੇ ਸਾਰਾ ਰਿਆ ਸੀ ਉਹਦੇ ਸਾਰਾ ਮੂੰਹ ਵੀ ਖਰਾਬ ਹੋਇਆ ਹੀ ਨਸ਼ਾ ਕਰ ਛੱਡਦਾ ਹੀ ਉਹ ਤੁਸੀਂ ਚੰਗੀ ਰਾਹ ਤੇ ਪੈਸੇ ਲਾ ਰਹੇ ਹੋ ਕਿ ਬੁਰੇ ਰਾਹ ਤੇ ਲਾ ਰਹੇ ਹੋ ਇਹਨਾਂ ਨੂੰ ਤੁਹਾਡਾ ਹੱਕ ਬੰਦਾ ਲਾਜ਼ਮੀ ਅਗਲੇ ਬੰਦੇ ਨੂੰ ਪੁੱਛੋ ਅਗਰ ਉਹ ਹੱਕਦਾਰ ਹੈ ਤੇ ਉਹਨੂੰ ਲਾਜ਼ਮੀ ਦਿਓ ਜਿੰਨੀ ਹੋ ਸਕੇ ਉਹਦੀ ਮਦਦ ਕਰੋ ਅਗਰ ਉਹ ਹੱਕਦਾਰ ਨਹੀਂ ਹੈ ਤੇ ਉਹਨੂੰ ਫੜੋ ਉਹਨੂੰ ਆਖੋ ਕਿ ਇਹ ਕੰਮ ਨਹੀਂ ਸਹੀ ਹੈ ਤੁਸੀਂ ਛੱਡੋ ਇਹਨੂੰ ਛਡਵਾਓ ਉਹਦੇ ਕੋਲੋਂ ਜਿੱਥੋਂ ਤੱਕ ਤੁਸੀਂ ਕਰ ਸਕਦੇ ਹੋ ਭਾਜੀ ਅੱਗੋ ਇਹ ਕੰਮ ਕਰੋਗੇ ਤੁਸੀਂ ਨਹੀਂ ਭਾਈ ਅੱਗੋ ਜੇ ਤੁਸੀਂ ਜੇ ਕਿਹੜਾ ਕੰਮ ਤੂੰ ਸੋਚਿਆ ਅੱਗੋ ਕਰਨ ਦਾ ਮੈਂ ਅੱਗੇ ਭਾਈ ਸਰਯੇ ਦੇ ਵਿੱਚ 6 ਮਹੀਨੇ ਕੀਤਾ ਮੈਂ ਉਹੀ ਕਰਨਾ ਉਹੀ ਕਰੋਗੇ ਭਾਈ ਤੋਬਾ ਕਰਿਓ ਇਸ ਕੰਮ ਤੇ ਇਨਸ਼ਾਅੱਲਾ ਮੈਂ ਤੋਬਾ ਕਰਨਾ ਭਾਈ ਅੱਲਾਹ ਦੇ ਹੁਕਮ ਨਾਲ ਮੈਂ ਇੱਕ ਵਾਰ ਲਾਜ਼ਮੀਂ ਤੇਰੇ ਕੋਲ ਭਾਈ ਦੁਬਾਰਾ ਆਨਾ ਜ਼ਰੂਰੀ ਹੈ ਤੇ ਭਾਜੀ ਤੁਸੀਂ ਇਹ ਦੂਸਰਾ ਤੋਬਾ ਕਰਦੇ ਹੋ ਪੱਕੀ ਕਬੂਲ ਅੱਗੋਂ ਨਹੀਂ ਇਹ ਕੰਮ ਕਰਦੇ ਬਿਲਕੁਲ ਓਹ ਤਰੀ ਗੱਲ ਠੀਕ ਹੈ ਮੈਂ ਤੋਬਾ ਕਰਨਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਪਰ ਲੇਕਿਨ ਇੱਕ ਵਾਰੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਭਾਈ ਤੇਰੇ ਕੋਲ ਆਉਣਾ ਜ਼ਰੂਰ ਹੈ ਮੈਂ ਅਗਰ ਇਹ ਭਾਜੀ ਆਏ ਸਾਡੇ ਕੋਲ ਤੇ ਅਸੀਂ ਲਾਜ਼ਮੀ ਤੁਹਾਨੂੰ ਵੀਡੀਓ ਬਣਾ ਕੇ ਵਹਾਂ ਕੇ ਤੇ ਹਾਂ ਇਨਸ਼ਾਅੱਲਾ ਭਾਈ ਖੁੱਲੇ ਤੇ ਵੀਡੀਓ ਬਣੇ ਤੇ ਜੋ ਜਿਹੜੀ ਬਕਾਇਆ ਤੋਰਨ ਨੇ ਗੱਲ ਆ ਕੀਤੀ ਨੇ ਉਹਦੇ ਨਾਲ ਵਿਚਾਰ ਕਰਕੇ ਕੀ ਪਾਜੀ ਅਹਾਂ WhatsApp ਤੇ ਬਕਾਇਦਾ ਫੇਰ ਅਸੀਂ ਉਹਨਾਂ ਨੂੰ ਇਹ ਵੀ ਆਖਿਆ ਕਿ WhatsApp ਤੇ ਕਾਲ ਕਰਕੇ ਅਗਰ ਵਹਾਂ ਦੀ ਏ ਇਹਨਾਂ ਆਖਿਆ ਜੀ ਸਾਡਾ ਕਾਰਡ ਭੁੱਲ ਗਿਆ ਸਾਨੂੰ ਆ ਇਹਨਾਂ ਦੋ ਨੰਬਰ ਦੇ ਕਾਰਡ ਐ ਵੀ ਬਣਾਏ ਆ ਐਲਾ ਠੀਕ ਐ ਬਣਾਇਆ ਭਾਈ ਇਹਨਾਂ ਦਨ ਮੈਂ ਪਹਿਲੇ ਐ ਵੀ ਦੋ ਨੰਬਰ ਬਣਾਏ ਆ ਇਹਦੇ ਤੇ ਕੋਈ ਜਿਹੜਾ ਨਾ ਨਾਂ ਸ਼ਾਂਕੋ ਨਹੀਂ ਲਿਖਿਆ ਇਹ ਦਾਰੇ ਦਾ ਬਿਲਕੁਲ ਨਾ ਇਹ ਦਾਰੇ ਵਾਲਿਆਂ ਨੂੰ ਦਾਰਾ ਹਿਦਮਤ ਆ ਅੱਜ ਆਮ ਆਲਿਆਂ ਨੂੰ ਕਮ ਸੋ ਕਮ ਇਹਨਾਂ ਨੂੰ ਇੰਨੀ ਕੋ ਤਫਸੀਲ ਕਰਨੀ ਚਾਹੀਦੀ ਏ ਹੋਰ ਕੋਈ ਨਹੀਂ ਅੱਜ ਪਲੇਟਫਾਰਮ ਬੜੇ ਨੇ ਸੋਸ਼ਲ ਮੀਡੀਆ ਆਪਣਾ ਅ ਦੂਸਰੇ ਚੈਨਲ ਨੇ ਕਿਸੇ ਤੇ ਵੀ ਆਪਣਾ ਤੁਸੀਂ ਦੇ ਸਕਦੇ ਹੋ ਕਿ ਸਾਡਾ ਅਗਰ ਇਹ ਲੈ ਬੰਦੇ ਨੇ ਸਾਡੇ ਅਗਰ ਕੋਈ ਉਪਰਾ ਬੰਦਾ ਹੁੰਦਾ ਉਹਨੂੰ ਨਾ ਦਿਓ ਇਹ ਤੁਹਾਡਾ ਨਾਮ ਯੂਜ਼ ਕਰਕੇ ਤੇ ਹੋਰ ਕਿੰਨੇ ਪੈਸੇ ਇਕੱਠੇ ਕਰ ਰਹੇ ਨੇ ਠੀਕ ਹੈ ਤੇ ਉਹ ਬਿਲਕੁਲ ਤੁਹਾਡੇ ਤੱਕ ਪਾ ਜੀ ਤੁਸੀਂ ਅੱਜ ਤੱਕ ਵੀ ਜਿਉ ਮੰਗਣ ਲੱਗੇ ਉਹਨਾਂ ਨੂੰ ਪੈਸਾ ਦਾਰੇ ਵਾਲਿਆਂ ਨੇ ਦਿੱਤਾ ਨਹੀਂ ਦਿੱਤਾ ਨਹੀਂ ਦਿੱਤਾ ਜੀ ਵੇਖ ਲਓ ਨਹੀਂ ਦਿੱਤਾ 1 ਰੁਪਿਆ ਨਹੀਂ ਦਿੱਤਾ 1 ਰੁਪਿਆ ਨਹੀਂ ਦਾਰੇ ਵਾਲਿਆਂ ਨੇ ਦਿੱਤਾ ਬਿਲਕੁਲ ਨਹੀਂ ਦਿੱਤਾ 1 ਰੁਪਿਆ ਨਹੀਂ ਦਿੱਤਾ ਭਾਈ ਕਿ ਤੁਸੀਂ ਜਨਾਬ ਇੱਕ ਕਾਦੇ ਵਾਸਤੇ ਦੇ ਰਹੇ ਹੋ ਦੱਸੋ ਇਹਨਾਂ ਨੂੰ ਧਿਆਨ ਕਰੋ ਥੋੜਾ ਜਿਆ ਤੇ ਅੱਗੋ ਇਹ ਕੰਮ ਨਹੀਂ ਹੋਣਾ ਭਾਈ ਜੀ ਅਸੀਂ ਤੁਹਾਡੇ ਨਾਲ ਕੋਈ ਜ਼ਿਆਤੀ ਤੇ ਨਹੀਂ ਕੀਤੀ ਨਹੀਂ ਨਹੀਂ ਕੋਈ ਨਹੀਂ ਕੀਤੀ ਡੋਟੀ ਖਵਾਈਏ ਪਾਣੀ ਸ਼ਾਨੀ ਪਿਆਇਆ ਕੋਈ ਕੋਈ ਕਿਸੇ ਕਿਸਮ ਦੀ ਬਾਤ ਨਹੀਂ ਮੇ ਜਿਨੇ ਨਾ ਕਿਸਨੇ ਕੋ ਗਾਲ ਮੰਦਾ ਨਾ ਕੋਈ ਗਾਲ ਕੀਤੀ ਹੈ ਭਾਜੀ ਅਸੀਂ ਇਹ ਜਾਣੇ ਆ ਕਿ ਤੁਹਾਡੇ ਵਾਸਤੇ ਉਹਨਾਂ ਤੇ ਠੀਕ ਹੈ ਅਸੀਂ ਆਖੇ ਅਗਰ ਅੱਲਾ ਉਹਨਾਂ ਨੂੰ ਹਿਦਾਇਤ ਦਵੇ ਤੇ ਉਹ ਪਾਸੇ ਨਾ ਟੁਰਨ ਆਵਾਮ ਵਾਸਤੇ ਅਸੀਂ ਆਨੇ ਆ ਕਿ ਤੁਸੀਂ ਕੰਮ ਸੋ ਕੰਮ ਜਾਗਰ ਹੋ ਵੋ ਕੰਮ ਸੋ ਕੰਮ ਪੁੱਛੋ ਹੱਕਦਾਰਾਂ ਨੂੰ ਹੱਕ ਦਿਓ ਜਿਨ੍ਹਾਂ ਦਾ ਹੱਕ ਨਹੀਂ ਉਹਨਾਂ ਨੂੰ ਨਾ ਦਿਓ ਠੀਕ ਹੈ ਹਾਕਦਾਰਾਂ ਨੂੰ ਹੱਕ ਦਿਓ ਠੀਕ ਹੈ ਉਹ ਆਂਦੇ ਨੇ ਅੱਗੋਂ ਅਸੀਂ ਕੰਮ ਨਹੀਂ ਕਰਨ ਲੱਗੇ ਉਹ ਸਾਨੂੰ ਨਹੀਂ ਪਤਾ ਕਰਦੇ ਨੇ ਜਾਂ ਨਹੀਂ ਕਰਦੇ ਸਾਡਾ ਕੰਮ ਸੀ ਤੁਹਾਡੇ ਤੱਕ ਇਹ ਵੀਡੀਓ ਪਹੁੰਚਾਣਾ ਤੇ ਤੁਸੀਂ ਅੱਗੇ ਕੰਮ ਸੋ ਕੰਮ ਜਿਹੜਾ ਬੰਦਾ ਵੇਂਦਾ ਇਹਨੇ ਨਾਲ ਫਰਕ ਹੋਣੀ ਪੈਂਦਾ ਇਹਨੂੰ ਸ਼ੇਅਰ ਕਰੋ ਜ਼ਿਆਦਾ ਜ਼ਿਆਦਾ ਤਾਂ ਕਿ ਜਿਹੜਾ ਵੀ ਬੰਦਾ ਕੰਮ ਸੋ ਕੰਮ ਜਿਹੜਾ ਇਹਨਾਂ ਨੂੰ ਵੇਖ ਲਵੇ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਪੂਰੇ ਇਲਾਕੇ ਵਿੱਚ ਜ਼ਿਲ੍ਹੇ ਗੁਜਰਾਂ ਵਾਲੇ ਦੇ ਵਿੱਚ ਸਾਡਾ ਚੈਨਲ ਚੱਲਦਾ ਹੈ ਸ਼ੇਅਰ ਕਰੋ ਹਰ ਬੰਦੇ ਕੋਲ ਵੀਡੀਓ ਪਹੁੰਚੇ ਤੇ ਉਹ ਵੇਖ ਲਵੇ ਕਿ ਇਹ ਬੰਦਾ ਝੂਠ ਮਾਰ ਰਿਹਾ ਸੀ ਅੱਜ ਤੋਂ ਬਾਅਦ ਇਹਦੇ ਤੋਂ ਪ੍ਰੇਤ ਕਰਨੀ ਅਗਰ ਇਹ ਆਵੇ ਤੇ ਅਗਰ ਉਹਨਾਂ ਤੋਬਾ ਕੀਤੀ ਅਸੀਂ ਨਹੀਂ ਆਉਂ ਲੱਗਿਆ ਅਗਰ ਆਉਂਦੇ ਨੇ ਤੇ ਉਹਨਾਂ ਨੂੰ ਫੜੋ ਉੱਥੇ ਕਿ ਤੁਸੀਂ ਉੱਥੇ ਬਹਿ ਕੇ ਤੋਬਾ ਕੀਤੀ ਸੀ ਅੱਜ ਫਿਰ ਤੁਸੀਂ ਇਹ ਕੰਮ ਕੀਤਾ ਠੀਕ ਹੈ ਤੇ ਸਾਨੂੰ ਇਜਾਜ਼ਤ ਦਿਓ ਅੱਲਾਹ